ਹੁਣ ਬੱਚਿਓ ਆਪਾਂ ਜੋ ਇਹਦੇ ਸਾਇੰਸ ਦੇ ਕੁਐਸਚਨ ਸਨ ਸਾਇੰਸ ਐਸਐਸ ਤੇ ਮੈਥ ਦੇ ਉਹ ਆਪਾਂ ਬੱਚਿਓ ਹੱਲ ਕਰਦੇ ਹਾਂ। ਇਨ ਫਰਾਂਸ ਦਾ ਥਰਡ ਸਟੇਟ ਕੰਪਰੋਮਾਈਜ਼ਡ ਆਫ ਫਰਾਂਸ ਵਿੱਚ ਤੀਜੇ ਵਰਗ ਵਿੱਚ ਸ਼ਾਮਲ ਸਨ ਤਾਂ ਤੀਜੇ ਵਰਗ ਵਿੱਚ ਕੌਣ ਕੌਣ ਸ਼ਾਮਲ ਸਨ? ਤਾਂ ਇਹਦੇ ਵਿੱਚ ਬੱਚਿਓ ਜੋ ਸਾਰੇ ਟੈਕਸ ਦਿੰਦੇ ਸਨ ਉਹ ਸਾਰੇ ਇਹਦੇ ਵਿੱਚ ਸ਼ਾਮਲ ਸਨ, ਯਾਨੀ ਕਿ ਪੀਜੈਂਟ, ਸਰਵੈਂਟ, ਮਰਚੈਂਟ। ਯਾਨੀ ਕਿ ਸਾਡੇ ਕੋਲੇ ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਹੁਣ ਬੱਚੇ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਆਇਡੈਂਟੀਫਾਈ ਦਾ ਫਾਲਸ ਸਟੇਟਮੈਂਟ ਫਰੋਮ ਦੀ ਫਾਲੋਇੰਗ, ਹੇਠ ਲਿਖਿਆ ਵਿੱਚੋਂ ਗਲਤ ਵਾਕ ਦੀ ਪਹਿਚਾਨ ਕਰੋ ਵੀ ਕਿਹੜਾ ਹੈ। ਸਾਡੇ ਕੋਲ ਪਹਿਲੀ ਸਟੇਟਮੈਂਟ ਹੈ ਸੁੰਦਰਬਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਬੱਚੇ ਸਾਨੂੰ ਪਤਾ ਵੀ ਜੋ ਸੁੰਦਰਬਨ ਡੈਲਟਾ ਹੈ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ, ਤਾਂ ਪਹਿਲੀ ਸਟੇਟਮੈਂਟ ਸਹੀ ਹੈ। ਦੂਸਰਾ, ਘੱਗਰ ਦਰਿਆ ਕਦੇ ਸਰਸਵਤੀ ਸਹਾਇਕ ਨਦੀ ਹੁੰਦੀ ਸੀ? ਤਾਂ ਬੱਚੋ ਇਹ ਵੀ ਸਹੀ ਹੈ। ਤਾਂ ਇਸ ਕਰਕੇ ਦੋਨੇ ਆਪਸ਼ਨ ਕੀ ਹਨ? ਸਹੀ ਹਨ। ਤਾਂ ਸਾਨੂੰ ਪੁੱਛਿਆ ਵੀ ਗਲਤ, ਤਾਂ ਇਹਨਾਂ ਵਿੱਚੋਂ ਕੋਈ ਵੀ ਵਾਕ ਗਲਤ ਨਹੀਂ ਹੈ, ਤਾਂ ਇਸ ਕਰਕੇ ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ ਆਉਂਦਾ ਹੈ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਹੁਣ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਤੀਸਰਾ ਹੈ ਆਇਡੈਂਟੀਫਾਈ ਦਾ ਰੋਂਗ ਮੈਚਿੰਗ, ਗਲਤ ਮਿਲਾਨ ਦੀ ਪਹਿਚਾਨ ਕਰੋ। ਤਾਂ ਬੱਚੋ ਸਾਡੇ ਇੱਕ ਪਾਸ ਸਾਡੇ ਕੋਲ ਰਾਜ ਹਨ, ਦੂਸਰੇ ਪਾਸ ਸਾਡੇ ਕੋਲ ਉਹਨਾਂ ਦੀ ਜਨਸੰਖਿਆ ਘਣਤਾ ਹੈ। ਇਹ 2011 ਦੇ ਸੈਂਸਸ ਦੇ ਅਕੋਰਡਿੰਗ ਹੈ। ਤਾਂ ਬੱਚੋ ਰਾਜ ਦੇਖੋ, ਪਹਿਲਾਂ ਪੰਜਾਬ, ਪੰਜਾਬ ਦੀ 550 ਸਹੀ ਹੈ। ਅਰੁਣਾਚਲ ਪ੍ਰਦੇਸ਼ ਸਭ ਤੋਂ ਘੱਟ ਜਨਸੰਖਿਆ ਘਣਤਾ, ਉਹਦੀ 17, ਇਹ ਵੀ ਸਹੀ ਹੈ। ਨਾਗਾਲੈਂਡ ਦੀ 119, ਇਹ ਵੀ ਸਹੀ ਹੈ। ਬਿਹਾਰ ਦੀ 450, ਬੱਚੋ ਇਹ ਗਲਤ ਹੈ, ਕਿਉਂਕਿ ਬਿਹਾਰ ਦੀ ਜੋ ਪਾਪੂਲੇਸ਼ਨ ਡੈਂਸਿਟੀ ਹੈ ਉਹ 850 ਦੇ ਲਗਭਗ ਹੈ। ਤਾਂ ਇਸ ਕਰਕੇ ਬਿਹਾਰ, ਯਾਨੀ ਕਿ ਆਪਸ਼ਨ ਨੰਬਰ 2 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ, ਕਿਉਂਕਿ ਬਿਹਾਰ ਦੀ ਜੋ ਮਿਲਾਨ ਹੈ ਉਹ ਗਲਤ ਮਿਲਾਨ ਕੀਤਾ ਗਿਆ ਹੈ। ਹੁਣ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ, ਚੌਥਾ ਪ੍ਰਸ਼ਨ। ਹੂ ਵਾਜ ਦਾ ਲੀਡਰ ਆਫ ਬੋਲਸ਼ੇਵਿਕ ਪਾਰਟੀ, ਯਾਨੀ ਕਿ ਬੋਲਸ਼ੇਵਿਕ ਪਾਰਟੀ ਦਾ ਆਗੂ ਕੌਣ ਸੀ? ਤਾਂ ਬੱਚੇ ਰਸ਼ੀਆ ਨਾਲ ਸੰਬੰਧਿਤ ਹੈ, ਤਾਂ ਇਹ ਸਾਡੇ ਕੋਲ ਸੀਗਾ ਲੈਨਿਨ, ਯਾਨੀ ਕਿ ਲੈਨਿਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੇ ਜੋ ਇਸਦਾ ਪੂਰਾ ਨਾਂ ਸੀਗਾ ਉਹ ਸੀਗਾ ਵਲਾਦੀਮਿਰ ਲੈਨਿਨ। ਠੀਕ ਹੈ ਬੱਚਿਓ, ਪੂਰਾ ਨਾਮ ਤੁਹਾਨੂੰ ਰਸ਼ੀਆ ਨਾਲ ਸੰਬੰਧਿਤ ਹੈ। ਬੱਚਿਓ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ ਕਿ ਸਾਡੇ ਕੋਲ ਕੀ ਹੈ। ਆਇਡੈਂਟੀਫਾਈ ਦਾ ਡਾਰਕ ਰੀਜਨ ਇਨ ਦਾ ਮੈਪ ਵੇਅਰ ਮਾਨਸੂਨ ਰੀਚ ਫਸਟ ਇਨ ਦਸੰਬਰ, ਨਕਸ਼ੇ ਵਿੱਚ ਗੂੜੇ ਖੇਤਰ ਦੀ ਪਹਿਚਾਣ ਕਰੋ ਜਿੱਥੇ ਗਰਮੀਆਂ ਵਿੱਚ ਮਾਨਸੂਨ ਸਭ ਤੋਂ ਪਹਿਲਾਂ ਪਹੁੰਚਦੇ ਹਨ। ਤਾਂ ਬੱਚੇ ਦੇਖੋ ਕਿਹੜਾ ਹੈ, ਤੁਹਾਨੂੰ ਪਤਾ ਲੱਗ ਗਿਆ ਹੋਗਾ। ਦੇਖੋ ਇਹਦੇ ਸਾਡੇ ਥੱਲੇ ਆਪਸ਼ਨ ਹਨ, ਹਿਮਾਲਿਆ, ਵੈਸਟਰਨ ਘਾਟ, ਈਸਟਰਨ ਘਾਟ, ਨਾਰਦਰਨ ਪਲੇਨ। ਬੱਚੇ ਦੇਖੋ ਹਿਮਾਲਿਆ ਤੋਂ ਉੱਪਰ ਨਹੀਂ ਹੈਗੇ, ਨਾਰਦਰਨ ਪਲੇਨ ਵੀ ਨਹੀਂ ਹੈਗੇ, ਈਸਟਰਨ ਇੱਧਰ ਹੁੰਦਾ। ਤਾਂ ਸਹੀ ਉੱਤਰ ਕੀ ਹੈਗਾ? ਵੈਸਟਰਨ ਘਾਟ। ਇਹ ਬੱਚੇ ਇਸਦਾ ਸਹੀ ਉੱਤਰ ਹੈ। ਬੱਚੋ ਅਗਲੇ ਪ੍ਰਸ਼ਨ ਅਸੀਂ ਦੇਖਦੇ ਹਾਂ, ਜੋ ਸਾਡੇ ਕੋਲ ਅਗਲੇ ਪ੍ਰਸ਼ਨਾਂ ਨੂੰ ਸਾਇੰਸ ਨਾਲ ਸੰਬੰਧਿਤ ਹਨ, ਛੇਵਾਂ ਪ੍ਰਸ਼ਨ ਹੈ ਸਾਡੇ ਕੋਲ। ਵਟ ਇਜ਼ ਦਾ ਐਨਰਜੀ ਇਕੁਇਵਲੈਂਟ ਟੂ ਵਨ ਐਟਮਿਕ ਮਾਸ ਯੂਨਿਟ, ਇੱਕ ਪਰਮਾਣੂ ਪੁੰਜ ਦੀ ਇਕਾਈ ਊਰਜਾ ਕਿਸ ਦੇ ਬਰਾਬਰ ਹੁੰਦੀ ਹੈ? ਤਾਂ ਬੱਚੋ ਇਸ ਦਾ ਉੱਤਰ ਹੈ 931 ਮੈਗਾ ਇਲੈਕਟ੍ਰਾਨ ਵੋਲਟ। ਤਾਂ ਬੱਚੋ ਇਹਦਾ ਮਤਲਬ ਕੀ ਹੁੰਦਾ ਹੈਗਾ? ਮੈਗਾ ਇਲੈਕਟ੍ਰਾਨ ਵੋਲਟ। ਇਹ ਬੱਚੋ ਇਸ ਦਾ ਸਹੀ ਉੱਤਰ ਹੈ। ਬੱਚੋ ਆਪਾਂ ਸੱਤਵਾਂ ਪ੍ਰਸ਼ਨ ਦੇਖਦੇ ਹਾਂ। ਮੈਗਨੀਫਿਕੇਸ਼ਨ ਪ੍ਰੋਡਿਊਸਡ ਬਾਈ ਰੀਅਰ ਵਿਊ ਮਿਰਰ ਫਿਟਡ ਇਨ ਵਹੀਕਲ, ਜੋ ਵਹੀਕਲਾਂ ਦੇ ਵਿੱਚ ਫਿੱਟ ਸਾਡੇ ਕੋਲੇ ਰੀਅਰ ਵਿਊ ਸ਼ੀਸ਼ੇ ਲੱਗੇ ਹੁੰਦੇ ਹਨ, ਉਹਨਾਂ ਵਿੱਚ ਕਿੰਨੀ ਮੈਗਨੀਫਿਕੇਸ਼ਨ ਪੈਦਾ ਕੀਤੀ ਜਾ ਸਕਦੀ ਹੈ? ਬੱਚੋ ਇਹ ਹੁੰਦੀ ਹੈ ਲੈਸ ਦੈਨ 1, ਯਾਨੀ ਕਿ 1 ਤੋਂ ਘੱਟ। ਆਪਸ਼ਨ ਨੰਬਰ 1 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਅਗਲੇ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ, ਪ੍ਰਸ਼ਨ ਨੰਬਰ 8, ਜੋ ਸਾਇੰਸ ਨਾਲ ਸੰਬੰਧਿਤ ਹੈ। ਡਾਈਜੈਸ਼ਨ ਆਫ ਫੂਡ ਇਨ ਦਾ ਬਾਡੀ ਇਜ਼ ਐਗਜ਼ਾਮਪਲ ਆਫ, ਸਰੀਰ ਵਿੱਚ ਪਾਚਨ ਕਿਰਿਆ ਉਦਾਹਰਨ ਹੈ, ਯਾਨੀ ਕਿ ਸਰੀਰ ਵਿੱਚ ਪਾਚਨ ਕਿਰਿਆ ਕਿਸ ਦੀ ਉਦਾਹਰਨ ਹੈ? ਡਿਸਪਲੇਸਮੈਂਟ, ਕੰਬੀਨੇਸ਼ਨ, ਡੀਕੰਪੋਜੀਸ਼ਨ। ਬੱਚੇ ਸਹੀ ਉੱਤਰ ਹੈ ਇਹਦਾ ਡੀਕੰਪੋਜੀਸ਼ਨ ਰਿਐਕਸ਼ਨ, ਅਪਘਟਨ ਦੀ ਕਿਰਿਆ। ਤਾਂ ਇਹਦੇ ਵਿੱਚ ਬੱਚੇ ਜੋ ਸਿੰਗਲ ਕੰਪਾਉਂਡ ਹੈ ਸਾਡੇ ਕੋਲ, ਉਹ ਸਾਡੇ ਕੋਲ ਦੋ ਜਾਂ ਦੋ ਤੋਂ ਜ਼ਿਆਦਾ ਐਲੀਮੈਂਟ ਵਿੱਚ ਟੁੱਟ ਜਾਂਦਾ ਹੈ। ਸਾਡਾ ਜੋ ਭੋਜਨ ਹੈ, ਯਾਨੀ ਕਿ ਉਹ ਦੋ ਜਾਂ ਦੋ ਤੋਂ ਜ਼ਿਆਦਾ ਐਲੀਮੈਂਟ ਦੇ ਵਿੱਚ ਟੁੱਟ ਜਾਂਦਾ ਹੈ, ਇਸ ਕਰਕੇ ਕੀ ਹੈ? ਡੀਕੰਪੋਜੀਸ਼ਨ ਰਿਐਕਸ਼ਨ।
अगला प्रश्न बच्चों आप देखते हैं जो साढ़े को नौवां प्रश्न है साइंस नाल संबंधित है। जदों कापर का खोरन हुंदा है तां उस उत्ते रंग की परत चढ़ चढ़ जाती है, यह परत योजक की होंगी है। तो बच्चों जदों कापर का खोरन हुंदा है यानी क्रोजन हुंदा है कापर का, तो उत्ते जिहड़ी परत आ किस रंग चढ़ जाती है, तुहानूं पता सारिआं नूं ग्रीन की, तो ग्रीन वाले ऑप्शन देखो ब्लू वाले तो हो नहीं सकते, तो कापर उत्ते जिहड़ी परत आ ग्रीन चढ़ती है। उदों यह परत किस योजक की होंगी है, बेसिक कापर कार्बोनेट की होंगी है या बायकार्बोनेट की, यह होंगी है बेसिक कापर कार्बोनेट की, इस करके ये ऑप्शन भी कट्टा गया था। ऑप्शन नंबर एक इस प्रश्न का सही उत्तर सी। बच्चे अपन दसवां प्रश्न देखते हैं जो साइंस नाल संबंधित है। द फोकल लेंथ ऑफ कनकेव मिरर इज 50 सेंटीमीटर टू अटेन एन वाटर वेज टू टू टाइम्स द साइज ऑफ ऑब्जेक्ट, यानी कि साढ़े को अवतल दर्पण की फोकस दूरी 50 सेंटीमीटर है, वस्तु के आकार तो दुगुना पुट्ठा प्रतिबिंब प्राप्त करने लिए वस्तु कितने होनी चाहिए है, यानी कि किन्ने सेंटीमीटर दे होनी चाहिए है। तो बच्चों इसका उत्तर आएगा साढ़े को 75 सेंटीमीटर, क्योंकि असं इतने जो किस फार्मूले की वरतों करते हों, ये साढ़े को फार्मूला होंगे गा, ये फार्मूले की अं वरतों करते हाँ। जो साढ़े को एफ है वो साढ़े को 50 है बच्चों, जो साढ़े को मैग्नीफिशेंसी किन्नी करनी है, एम किन्ना है 2, तो अगे साढ़े को फार्मूला होंगे है एम जो होंगे है बी बटे यू होंगे है, ये साढ़े को 2 है, जाने के वी की वैल्यू किन्नी आ गई 2 जी। बच्चों जो अभी वी की वैल्यू 2 जू भरोंगे, साढ़े को एफ की वैल्यू 50 भरोंगे, तो थोड़े को जो आंसर आ जाएगा वह आ जाएगा 75 सेंटीमीटर इस फार्मूले की वरतों करके। इस करके ऑप्शन नंबर 4 इस प्रश्न का सही उत्तर है। बच्चों अगे साढ़े को मैथ नाल संबंधित प्रश्न हैं। इफ रूट्स ऑफ द इक्वेशन आर इक्वल देन फाइंड द वैल्यू ऑफ 2a। हम इतने ध्यान देखो अभी जी वैल्यू फाइंड करनी है वो 2a की मुल पता करना है, 2a का मुल कितना होगा। साढ़े को दो घाती समीकरण के मूल की है बराबर आ, तो बच्चों जो मूल बराबर होंगे रूट्स इक्वल होंगे तो डिस्क्रिमिनेट की वैल्यू होंगी है 0, तो डिस्क्रिमिनेट की होंगे गा बी स्क्र माइनस 4ac इज इक्वल टू 0। तो बच्चों बी की इतने साढ़े को माइनस 6 वह स्क्र किया अभी माइनस 4, जो ए है साढ़े को साढ़े को ए ही है, जो साढ़े को सी है वह साढ़े को 3 है बराबर 0। तो बच्चों 36 हो गया, ए साढ़े को आ गया 12a बराबर 0। बच्चों साढ़े को इतने जो ए का मुल आ जाएगा वह आ जाएगा 3, लेकिन असी मुल कि पता करना 2a का, तो 2 गुणा 3 यानी कि 6, तो इस करके ऑप्शन बी इस प्रश्न का सही उत्तर सी। ठीक है बच्चों इस तरह असं अगला प्रश्न देखते हाँ। इन एन एस स्केल ट्रायंगल साढ़े को एक सम दो भुजी त्रिभुज है, जेकर शिखर कोण बाकी दो कोणों के जोड़ का दुगुना है तो शिखर कोण पता करो, भी जो वर्टेक्स एंगल है वह बाकी एंगलों के जोड़ का ट्वाइस है यानी कि दुगुना है, तो वर्टेक्स एंगल ऑफ द ट्रायंगल यानी कि असं जो वर्टेक्स एंगल है वह पता करना भी किन्ने का होगा। देखो बच्चो यानी कि इस साढ़े को ट्रायंगल है जो वर्टेक्स एंगल है, देखो त्रिभुज असी आइसोस्केल है यानी कि सम दो भुजी है, उसका दो भुजा बराबर हैं, तो मान लो ये उसके कोण हैं, तो सानू पता है भी जेकर भुजा बराबर हैं उन्होंने सम कोण भी होंगे बराबर होंगे है। ठीक है, तो ये असी वर्टेक्स कोण मान लिया। हुण जो साढ़े को वर्टेक्स कोण है ये इन्हों दोनों कोण के जोड़ का की है ट्वाइस है, यानी कि वी साढ़े को किन्ना बन जाएगा 4x। हुण बच्चों सानू पता है भी साढ़े को किसी ट्रैंगल के एंगल होंगे वह जोड़ कि होंगे गा 180 डिग्री, इतने तो बी का मुल भर दौ 4x, ये साढ़े को हो गया 2x बराबर कि साढ़े को 180 डिग्री, तो बच्चों 6x साढ़े को आ गया 180, एक्स का मुल कि आ गया साढ़े को 30 डिग्री, तो वी कि आ जाएगा 4x है 4 गुणा 30 120 डिग्री, तो ऑप्शन सी इस प्रश्न का सही उत्तर सी। हम बच्चों आप अगला प्रश्न देखते हाँ। 13वां, इफ ए पी एंड बी पी आर द वाई सेक्टर ऑफ एंगल ए एंड बी ऑफ पैरलोग्राम ए बी सी डी दैन द वैल्यू ऑफ एंगल ए पी बी, तो असी एंगल ए पी बी की वैल्यू पता करनी है। देखो तो बच्चों देखो असं डायग्राम बनाने हैं, साढ़े को मान लो ये एक पैरलोग्राम है। ठीक है बच्चों, हम जो ए पी है देखो
ਉਹ ਏ ਮੰਨ ਲਓ ਅਸੀਂ ਇੱਥੇ ਏ ਐਂਗਲ ਮੰਨ ਲੈਂਦੇ ਹਾਂ, ਇੱਥੇ ਬੀ, ਇੱਥੇ ਸੀ ਤੇ ਇੱਥੇ ਡੀ। ਜੋ ਏ ਪੀ ਹੈ ਉਹ ਮੰਨ ਲਓ ਇਹ ਪੀ ਬਿੰਦੂ ਹੈ, ਇੱਧਰੋਂ ਬੀ ਤੋਂ ਵੀ ਬੀ ਪੀ ਹੈ, ਯਾਨੀ ਕਿ ਇੱਥੇ ਆਪਸ ਕੱਟ ਰਹੇ ਹੈ। ਜੋ ਏ ਪੀ ਹੈ ਇਸ ਐਂਗਲ ਨੂੰ ਬਾਇਸੈਕਟ ਕਰਦਾ, ਜੋ ਬੀ ਪੀ ਹੈ ਉਹ ਬੀ ਐਂਗਲ ਨੂੰ ਬਾਇਸੈਕਟ ਕਰਦਾ, ਯਾਨੀ ਕਿ ਸਾਡੇ ਕੋਲ ਐਂਗਲ ਨੰਬਰ 1 ਤੇ 2 ਬਰਾਬਰ ਆ, 3 ਤੇ 4 ਬਰਾਬਰ ਹੈ। ਅਸੀਂ ਇਹ ਐਂਗਲ ਪਤਾ ਕਰਨਾ ਵੀ ਕਿੰਨੇ ਦਾ ਹੋਵੇਗਾ। ਤਾਂ ਬੱਚੋ ਸਾਨੂੰ ਪਤਾ, ਦੇਖੋ ਵੀ ਜੋ ਸਾਡੇ ਕੋਲ ਪੈਰੇਲੋਗ੍ਰਾਮ ਦੇ ਐਡਜੇਸੈਂਟ ਕੋਣ ਨਾਲ ਲੱਗਦੇ ਕੋਣ ਹੁੰਦੇ, ਉਹਨਾਂ ਦਾ ਜੋੜ ਕਿੰਨਾ ਹੁੰਦਾ ਗਾ, 180 ਡਿਗਰੀ ਹੁੰਦਾ ਹੈ। ਯਾਨੀ ਕਿ ਸਾਡੇ ਕੋਲ ਐਂਗਲ ਏ ਪਲੱਸ ਬੀ ਬਰਾਬਰ ਆ ਜਾਵੇਗਾ 180 ਡਿਗਰੀ। ਹੁਣ ਸਾਡੇ ਕੋਲ ਐਂਗਲ 1 ਤੇ 2 ਆਪਸੀ ਬਰਾਬਰ ਹਨ, ਤਾਂ ਅਸੀਂ ਏ ਥਾਂ ਲਿਖ ਸਕਦੇ ਹਾਂ 2 1, ਬੀ ਥਾਂ ਲਿਖ ਸਕਦੇ ਆਪਾਂ 2 3 180। ਤਾਂ ਇੱਥੋਂ ਅਸੀਂ ਜੇਕਰ ਕੋਣ ਨੰਬਰ 1 ਤੇ ਕੋਣ ਨੰਬਰ 3 ਦਾ ਮੁੱਲ ਕੱਢਾਂਗੇ ਬੱਚੇ, ਉਹ 90 ਡਿਗਰੀ ਆ ਜਾਵੇਗਾ, ਕਿਉਂਕਿ ਦੋਨਾਂ ਤੋਂ ਡਿਵਾਈਡ ਹੋ ਜਾਵੇਗਾ ਕੋਮਨ ਲੈ ਕੇ। ਯਾਨੀ ਕਿ ਜਿਹੜਾ ਆਹ ਕੋਣ ਸਾਡੇ ਕੋਲ 1 ਤੇ 3, ਇਹਨਾਂ ਜੋੜ ਕਿੰਨਾ ਹੈ 90। ਤਾਂ ਸਾਨੂੰ ਪਤਾ ਵੀ ਤਿਰਭੁਜ ਅਸੀਂ ਏ ਪੀ ਬੀ ਦੇ ਵਿੱਚ ਦੇਖਾਂਗੇ, ਉਹਦੇ ਤਿੰਨਾਂ ਕੋਣਾਂ ਜੋੜ ਕਿੰਨਾ ਹੋਵੇਗਾ 180। ਆਹ ਦੋਨੇ ਕੋਣ ਸਾਡੇ ਕੋਲ 90 ਦੇ ਹਨ, ਤਾਂ ਪੀ ਕੋਣ ਕਿੰਨੇ ਦਾ ਹੋਵੇਗਾ, ਉਹ ਵੀ 90 ਦਾ। ਠੀਕ ਹੈ, ਤਾਂ ਆਪਸ਼ਨ ਡੀ ਇਸ ਪ੍ਰਸ਼ਨ ਦਾ ਸਹੀ ਉੱਤਰ ਸਾਡੇ ਕੋਲ ਹੈ। ਠੀਕ ਹੈ ਬੱਚਿਓ, ਹੁਣ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਦਾ ਲੈਂਥ ਆਫ ਟੇਂਜੈਂਟ ਫਰੋਮ ਅ ਪੁਆਇੰਟ ਏ ਐਟ ਅ ਡਿਸਟੈਂਸ 5 ਸੈਂਟੀਮੀਟਰ ਫਰੋਮ ਦਾ ਸੈਂਟਰ ਆਫ ਦਾ ਸਰਕਲ ਇਜ਼ 4 ਸੈਂਟੀਮੀਟਰ। ਤਾਂ ਚੱਕਰ ਦਾ ਅਰਧ ਵਿਆਸ ਪਤਾ ਕਰੋ, ਯਾਨੀ ਕਿ ਇੱਥੇ ਚੱਕਰ ਦਾ ਅਰਧ ਵਿਆਸ ਪਤਾ ਕਰਨਾ ਹੈ। ਬੱਚੇ ਤੁਹਾਨੂੰ ਸਵਾਲ ਆਉਂਦੇ ਹੋਵੇਗਾ ਵੀ ਇਸ ਤਰ੍ਹਾਂ ਅਸੀਂ ਡਾਇਗਰਾਮ ਬਣਾ ਲੈਂਦੇ ਹਾਂ ਇੱਕ, ਠੀਕ ਹੈ, ਇਹ ਸਾਡੇ ਕੋਲ ਡਾਇਗਰਾਮ ਬਣ ਗਿਆ ਹੈ। ਇਹ ਐਂਗਲ 90 ਦਾ ਹੈ, ਇਹ ਸੈਂਟਰ ਹੈ, ਦੇਖੋ ਇਹ ਸਾਡੇ ਕੋਲ ਸਾਈਡ ਕਿੰਨੀ ਹੈ 5, ਇਹ 4 ਹੈ, ਅਸੀਂ ਰੇਡੀਅਸ ਪਤਾ ਕਰਨਾ ਹੈ। ਤਾਂ ਅਸੀਂ ਜਦੋਂ ਇੱਥੇ ਪਾਇਥਾਗੋਰਸ ਦੀ ਵਰਤੋਂ ਕਰਾਂਗੇ ਤਾਂ ਇਹ ਸਾਡੇ ਕੋਲ 3 ਉੱਤਰ ਆ ਜਾਵੇਗਾ, ਇਸ ਕਰਕੇ 3 ਸੈਂਟੀਮੀਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਅੱਗੇ 15 ਪ੍ਰਸ਼ਨ ਆਪਾਂ ਦੇਖਦੇ ਹਾਂ। ਸਾਡੇ ਕੋਲ ਇਹ ਪ੍ਰਸ਼ਨ ਹੈ ਬੱਚੋ, ਸਾਡੇ ਕੋਲ 15 ਪ੍ਰਸ਼ਨ ਹੈ, ਤਾਂ ਤੁਸੀਂ ਇਸ ਨੂੰ ਧਿਆਨ ਨਾਲ ਦੇਖਣਾ ਕਿਸ ਤਰ੍ਹਾਂ ਸੀਗਾ ਉੱਤਰ। ਇਹਦਾ ਜੋ ਉੱਤਰ ਆਵੇਗਾ ਪਹਿਲਾਂ ਤੁਹਾਨੂੰ ਦੱਸਦਾ ਉੱਤਰ ਇਸਦਾ ਆ ਜਾਵੇਗਾ ਇਹ ਸਾਡੇ ਕੋਲ ਇਹ ਆਪਸ਼ਨ। ਹੁਣ ਦੇਖੋ ਇਹ ਆਪਸ਼ਨ ਕਿਵੇਂ ਬਣੇਗਾ, ਦੇਖੋ ਅਸੀਂ ਕੀ ਕੀਤਾ, ਜੋ ਏ ਦੀ 1/3 ਹੈ ਇਹਨੂੰ ਅਸੀਂ ਵੱਡੀ ਏ ਮੰਨ ਲੈਂਦੇ ਹਾਂ, ਠੀਕ ਹੈ। ਅੱਗੇ ਸਾਡੇ ਕੋਲ ਜੋ ਬੀ ਨੂੰ ਮੰਨ ਲਿਆ ਇਹਨੂੰ ਬੀ ਦੀ 1/3 ਮੰਨ ਲਿਆ, ਜੋ ਕੈਪੀਟਲ ਸੀ ਅਸੀਂ ਲੈ ਲਿਆ ਸਮਾਲ ਸੀ 1/3। ਤਾਂ ਬੱਚੋ ਸਾਨੂੰ ਪਤਾ ਹੈ ਇਹ ਕੀ ਬਣ ਗਿਆ, ਫਿਰ ਏ ਪਲੱਸ ਬੀ ਪਲੱਸ ਸੀ ਇਜ ਇਕੁਅਲ ਟੂ 0 ਬਣ ਗਿਆ। ਅਸੀਂ ਜੋ ਵੈਲਿਊ ਪੁੱਟ ਕਰ ਦਿੱਤੀ ਇਹਦੇ ਵਿੱਚ, ਇਹਨਾਂ ਦੀ ਵੈਲਿਊਜ਼ ਜਿਹੜੀ ਹੈਗੀ ਆ ਪੁੱਟ ਕਰ ਦਿੱਤੀ ਹੈ। ਤਾਂ ਸਾਨੂੰ ਪਤਾ ਜਦੋਂ ਏ ਪਲੱਸ ਬੀ ਪਲੱਸ ਸੀ 0 ਹੋਵੇ ਤਾਂ ਸਾਡੇ ਕੋਲ ਕੀ ਹੁੰਦਾ ਗਾ, ਏ ਦੀ 3 ਪਲੱਸ ਬੀ ਦੀ 3 ਪਲੱਸ ਸੀ ਦੀ 3 ਇਕੁਅਲ ਟੂ ਹੁੰਦਾ ਗਾ 3 ਏ ਬੀ ਸੀ। ਬੱਚੋ ਜਦੋਂ ਆਪਾਂ ਆਹ ਮੁੱਲ ਭਰਾਂਗੇ ਆਪਾਂ ਏ ਥਾਂ ਇੱਥੇ, ਸਾਡੇ ਕੋਲ ਕਿੱਥੇ ਆ ਜਾਵੇਗਾ ਏ, ਇੱਥੇ ਆ ਜਾਵੇਗਾ ਬੀ, ਇੱਥੇ ਬਣ ਜਾਵੇਗਾ ਸੀ। ਕਿਉਂਕਿ ਜਦੋਂ ਆਪਾਂ ਇਹਦੇ ਉੱਤੇ ਪਾਵਰ 3 ਕਰਾਂਗੇ, ਜਦੋਂ ਪਾਵਰ 3 ਕਰਾਂਗੇ ਤਾਂ ਇੱਧਰ ਹੀ ਪਾਵਰ 3 ਹੋ ਜਾਵੇਗਾ, ਕੱਟੀ ਜਾਵੇਗੀ, ਯਾਨੀ ਕਿ ਏ ਦੀ 3 ਏ ਦੇ ਬਰਾਬਰ ਹੈ। ਬੱਚੋ ਇੱਧਰ ਅਸੀਂ ਉਹਦਾ ਮੁੱਲ ਭਰਿਆ, ਦੇਖੋ ਏ ਦਾ ਮੁੱਲ ਆ ਗਿਆ ਏ ਦੀ 1/3, ਬੀ ਦੀ 1/3, ਸੀ ਦੀ ਪਾਵਰ 1/3। ਬੱਚੋ ਆਪਾਂ ਲਿਖ ਇਕੱਠਾ ਲਿਖ ਸਕਦੇ ਹਾਂ ਏ ਬੀ ਸੀ, ਕਿਉਂਕਿ ਸਾਰਿਆਂ ਦੀ ਪਾਵਰ ਸੇਮ ਹੈ, ਤਾਂ ਅਸੀਂ 1/3 ਲਿਖ ਸਕਦੇ ਹਾਂ। ਹੁਣ ਦੋਨੇ ਪਾਸੇ ਅਸੀਂ ਕਰਤਾ ਕਿਊਬ, ਦੋਨੇ ਸਾਈਡ ਅਸੀਂ ਕਿਊਬ ਕਰ ਦੇਣਾ ਹੈ ਬੋਥ ਸਾਈਡ ਤੇ, ਠੀਕ ਹੈ। ਤਾਂ ਉਹ ਸਾਡੇ ਕੋਲ ਕੀ ਬਣ ਜਾਵੇਗਾ, ਏ ਪਲੱਸ ਬੀ ਪਲੱਸ ਸੀ ਇਹਦਾ ਕਿਊਬ ਬਣ ਜਾਵੇਗਾ। 3 ਉੱਤੇ ਕਿਊਬ ਕਿੰਨਾ ਬਣ ਜਾਵੇਗਾ, 27। ਇਹ ਰਹੇ ਸਾਡੇ ਕੋਲ ਏ ਬੀ ਸੀ। ਇਸ ਕਰਕੇ ਬੱਚਿਓ ਜਿਹੜੀ ਏ ਕੰਡੀਸ਼ਨ ਆ ਇਹ ਇਸ ਪ੍ਰਸ਼ਨ 'ਚ ਇਸ ਪ੍ਰਕਾਰ ਬਣੇਗੀ। ਤਾਂ ਬੱਚਿਓ ਉਮੀਦ ਹੈ ਤੁਹਾਨੂੰ ਜਿਹੜੇ ਆਪਣੇ ਅੱਜ ਦੇ ਪ੍ਰਸ਼ਨ ਹੈ ਸਮਝ ਆ ਗਏ ਹੋਣ, ਮੈਂਟਲ ਵੇਟ ਨਾਲ ਸੰਬੰਧਿਤ ਅਤੇ ਸੈਟ ਨਾਲ ਸੰਬੰਧਿਤ। ਤਾਂ ਦੋਨਾਂ ਦੇ ਵਿੱਚ ਵੀਡੀਓ ਅਲੱਗ ਅਲੱਗ ਬਣੀਆਂ ਹਨ, ਜੇ ਤੁਸੀਂ ਮੈਂਟਲ ਵੇਟ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਅਲੱਗ ਤੋਂ ਦੇਖ ਸਕਦੇ ਹੋ, ਇਹ ਸਾਡੀ ਸੈਟ ਦੀ ਵੀਡੀਓ ਸੀ। ਤਾਂ ਬੱਚਿਓ ਇਸ ਚੈਨਲ 'ਤੇ ਤੁਹਾਨੂੰ ਐਨ ਟੀ ਐਸ ਦੀ ਤਿਆਰੀ ਆ ਉਹ ਵੀ ਕਰਵਾਈ ਜਾ ਰਹੀ ਹੈ। ਜੇਕਰ ਹਜੇ ਤੱਕ ਬੱਚੇ ਨੇ ਚੈਨਲ ਜੁਆਇਨ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਐਨ ਟੀ ਐਸ ਦੀ ਤਿਆਰੀ ਕਰ ਸਕਦਾ ਹੈ। ਅਤੇ 15 ਸਤੰਬਰ ਤੋਂ ਤੁਹਾਨੂੰ ਜੋ ਬੋਰਡ ਦੇ ਪੇਪਰ ਨਾਲ ਸੰਬੰਧਿਤ ਆ ਉਹ ਵੀ ਬੱਚਿਓ ਇਸ ਚੈਨਲ 'ਤੇ ਤਿਆਰੀ ਕਰਵਾਈ ਜਾਵੇਗੀ। ਇਸ ਕਰਕੇ ਸਭ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਲਿੰਕ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।